हाँ जी, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਅੱਜ ਸ਼ੁਰੂਆਤ ਮੈਂ ਕਰਨ ਲੱਗਿਆ, ਠੀਕ ਆ। ਤੇ ਬਾਕੀ ਅਸੀਂ ਹੁਣ ਚੱਲੇ ਸੀ, ਪਿਛਲੀ ਵੀਡੀਓ 'ਚ ਦੱਸਿਆ ਸੀ ਤੁਹਾਨੂੰ ਵੀ ਅਸੀਂ ਕਿਤੇ ਜਾਣਾ। ਕਿੱਥੇ ਜਾਣਾ ਦੱਸਿਆ ਸੀ? ਹਾਂ ਜੀ, ਮਲੇਰਕੋਟਲੇ ਜਾਣਾ। MLK ਉਹ ਕੀ ਹੁੰਦਾ? MLK ਮਲੇਰਕੋਟਲਾ। ਹਾਂ, ਤੇ ਅਸੀਂ ਹੁਣ ਥੋੜ੍ਹਾ ਟਾਈਮ ਰੁਕ ਗਏ ਸੀ ਕਿਉਂਕਿ ਵੀਡੀਓ ਸਾਡੀ ਅਪਲੋਡ 'ਤੇ ਲੱਗੀ ਹੋਈ ਸੀ, ਕਿਉਂਕਿ ਤੁਹਾਨੂੰ ਪਤਾ ਹੋਣਾ ਰੈਗੂਲਰ ਬਲੌਗ ਨੇ ਅਤੇ ਰੋਜ਼ ਸ਼ਾਮ ਨੂੰ 7 ਵਜੇ ਤੁਹਾਨੂੰ ਮਿਲ ਜਾਂਦੇ ਨੇ, ਤੇ ਇਦਾਂ ਹੀ ਸਪੋਰਟ ਦਿੰਦੇ ਰਹੋ। ਬਾਕੀ ਚੱਲੀਏ ਫਿਰ, ਚੱਲਦੇ ਆ। ਵੀਡੀਓ ਰਹਿ ਗਈ ਹਜੇ 10 ਮਿੰਟ, 10 ਮਿੰਟ ਲੱਗਣਗੇ, 10 ਮਿੰਟ ਲੱਗਣਗੇ ਵੀਡੀਓ ਅਪਲੋਡ ਹੋ ਜੇ, ਤੇ ਫਿਰ ਆਪਾਂ ਚੱਲਦੇ ਹਾਂ। ਬਾਕੀ ਤੁਸੀਂ ਸ਼ੌਕ ਹੋਏ ਹੋਣਗੇ ਵੀ ਮੈਂ ਸ਼ੁਰੂ ਕੀਤੀ ਆ ਵੀਡੀਓ, ਉਹ ਫਿਰ ਮੈਂ ਕਿਹਾ ਚੱਲ ਕਰ ਲਈਏ ਬਸ਼ਰਮ ਹੋ ਕੇ, ਹਨਾ, ਬਸ਼ਰਮ ਹੋ ਗਿਆ ਆਪਾਂ ਵੀਡੀਓ ਸਟਾਰਟ ਕਰ ਲਈਏ, ਤੇ ਹੁਣ ਰੈਗੂਲਰ ਕਰਦੇ ਹੀ ਰਹਾਂਗੇ। ਹੋਪ ਸੋ ਨਾ। ਤੇ ਚਲੋ ਬਾਕੀ ਹੁਣ ਪੈ ਜੇ ਬਲੌਗ, ਠੀਕ ਆ, ਫਿਰ ਮਿਲਦੇ ਹਾਂ ਆਪਾਂ। ਓ ਦੁੱਗ ਦੁੱਗ ਤੇ। ਹਾਂਜੀ, ਸੋ ਹੁਣ ਆਪਾਂ ਚੱਲੇ ਹਾਂ, ਵੀਡੀਓ ਅਜੇ ਵੀ ਅਪਲੋਡ ਨਹੀਂ ਹੋਈ ਪ੍ਰੋਸੈਸਿੰਗ 'ਚ, ਉਹ ਜਾਂਦੇ ਜਾਂਦੇ ਦੇਖ ਲਾਂਗੇ, ਨਹੀਂ ਲੇਟ ਹੋ ਜਾਵਾਂਗੇ ਆਪਾਂ। ਚਲੋ ਜੀ ਚੱਲਦੇ ਹਾਂ, ਫਿਰ ਰਾਹ 'ਚ ਮਿਲਦੇ ਹਾਂ ਤੁਹਾਨੂੰ। ਅੱਜ ਸ਼ਾਇਦ ਵੀਡੀਓ ਘੱਟ ਹੀ ਬਣੂਗੀ ਕਿਉਂਕਿ ਬੁਲਟ 'ਤੇ ਜਾ ਰਹੇ ਹਾਂ ਨਾ, ਸੋ ਆਵਾਜ਼ ਦੀ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਆ, ਸੋ ਜਿੰਨੀ ਕੁ ਵੀ ਹੋਈ ਕਲਿੱਪ ਸ਼ੇਅਰ ਕਰਾਂਗੇ, ਬਾਕੀ ਦੇਖਦੇ ਹਾਂ। ਬਾਹਰ ਬਹੁਤ ਜ਼ਿਆਦਾ ਮੀਂਹ ਸੀਗਾ, ਇੱਕ ਕੰਮ ਆਪਾਂ ਆਪਣਾ ਖਤਮ ਕਰ ਲਿਆ ਅਤੇ ਦੂਜਾ ਕੰਮ ਆਪਾਂ ਆ ਕਰਾਂਗੇ। ਅੱਜ ਕਾਫੀ ਦਿਨਾਂ ਬਾਅਦ ਆਪਾਂ ਖਾਵਾਂਗੇ ਪਾਓ ਭਾਜੀ। ਆਹ ਦੇਖੋ ਮੇਰੀ ਰਿੰਗ ਕਿੰਨੀ ਸੋਹਣੀ ਲੱਗ ਗਈ, ਮੇਰੀ ਸੋਹਣੀ ਲੱਗ ਗਈ। ਅਤੇ ਹੁਣ ਆਪਾਂ ਆਹ ਖਤਮ ਕਰ ਦਈਏ ਅਤੇ ਫਿਰ ਚੱਲਦੇ ਹਾਂ ਘਰ ਨੂੰ। ਮੀਂਹ ਇੱਕਦਮ ਨਾ ਬਹੁਤ ਜ਼ਿਆਦਾ ਤੇਜ਼ ਆ ਗਿਆ ਸੀਗਾ, ਅਤੇ ਆਹ ਖਾ ਕੇ ਫਿਰ ਅਸੀਂ ਚੱਲਦੇ ਹਾਂ। ਲਓ ਜੀ, ਮੈਨੂੰ ਅੱਜ ਇੱਕ ਮੈਨੂੰ ਸੈਂਡਲ ਮਿਲ ਗਏ ਅਤੇ ਹਨੀ ਜੀ ਨੇ ਆਪਣੇ ਲਈ ਆਮਲੇਟ ਪੈਕ ਕਰਾਇਆ ਨਾਲ, ਅਤੇ ਅਸੀਂ ਹੁਣ ਚੱਲੇ ਹਾਂ ਘਰ ਨੂੰ। ਸ਼ੁਕਰ ਆ ਰੱਬ ਦਾ, ਮੀਂਹ ਰੁਕਿਆ ਹੋਇਆ। ਉਹਨਾਂ ਚਿਰ ਅਸੀਂ ਘਰੇ ਪਹੁੰਚੀਏ ਤਾਂ ਠੀਕ ਆ। ਟਾਈਮ ਵੀ 6:30 ਹੋ ਗਏ, ਸਾਡੀ ਵੀਡੀਓ ਅਪਲੋਡ ਹੋਣ ਵਾਲੀ ਆ ਬਸ। ਅੱਜ ਕੱਲ੍ਹ ਜਿਵੇਂ ਤੁਸੀਂ ਵੀਡੀਓ ਨੂੰ ਪਿਆਰ ਦੇ ਰਹੇ ਹੋ, ਅੱਗੇ ਵੀ ਬਸ ਉਹ ਹੀ ਦਿੰਦੇ ਰਹੋ, ਦਿੰਦੇ ਰਹੋ, ਤੁਹਾਡੇ ਲਈ ਡੇਲੀ ਵਧੀਆ ਵਧੀਆ ਬਲੌਗ ਆਉਣਗੇ। ਸਹੀ ਗੱਲ ਆ। ਚਲੋ ਜੀ ਫਿਰ ਅਸੀਂ ਮਿਲਦੇ ਹਾਂ, ਘਰੇ ਜਾ ਕੇ। ਪਰ ਘਰੇ ਨਹੀਂ ਜਾਣਾ ਹਲੇ, ਘਰੇ ਜਾ ਕੇ ਅਸੀਂ ਹੋਰ ਵੀ ਕਿਤੇ ਜਾਣਾ, ਇੱਕ ਕੰਮ ਹੋਰ ਆ, ਫਿਰ ਮਿਲਦੇ ਹਾਂ, ਉਹ ਵੀ ਦਿਖਾਵਾਂਗੇ, ਦਿਖਾਵਾਂਗੇ ਸ਼ਾਇਦ, ਪਰ ਬਾਅਦ 'ਚ ਜ਼ਰੂਰ ਮਿਲਾਂਗੇ। ਵੀ ਆਰ ਬੈਕ ਘਰੇ। ਹਾਂਜੀ ਆ ਗਏ ਅਸੀਂ ਘਰੇ, ਤੇ ਪੇਟ ਪੂਜਾ ਕਰ ਲਈਏ। ਪੇਟ ਪੂਜਾ ਕਰਕੇ ਅਸੀਂ ਲੈ ਕੇ ਆਏ ਆ ਗਰਮਾ ਗਰਮ ਜਲੇਬੀ, ਠੰਡੇ ਠੰਡੇ ਮੌਸਮ ਵਿੱਚ। ਵੈਸੇ ਇੱਕ ਗੱਲ ਆ, ਜੇ ਹੁਣ ਮੀਂਹ ਪੈ, ਅੱਜ ਤਾਂ ਸੱਚੀ ਠੰਡ ਹੋਈ ਪਈ ਆ ਹਨਾ, ਵੈਸੇ ਹੁਣ ਸ਼ਾਮ ਦੀ ਸੋਹਣਾ ਲੱਗਦਾ ਜੀ, ਵੈਸੇ ਨਾ ਨਜ਼ਰ ਨਾ ਲਾ ਦੀ ਗੱਲਾਂ ਬਾਤਾਂ ਤੇ ਕਮੈਂਟ ਦੱਸਦੇ ਆਂ ਥੋੜੇ ਜਿਹੇ, ਜਿਹਨੇ ਵਧੀਆ ਵਧੀਆ ਕਮੈਂਟ ਕੀਤੇ ਨੇ। ਸੋ ਚਲੋ ਜੀ ਫਿਰ ਮਿਲਦੇ ਆਂ। ਮੇਰਾ ਫੋਨ ਤਾਂ 24 ਘੰਟੇ ਬੰਦ ਹੀ ਹੁੰਦਾ, ਜਦੋਂ ਮਰਜ਼ੀ ਇਹਨੂੰ ਚਲਾ ਲਾਂ, ਕਦੇ ਸਨੈਪ ਨਹੀਂ ਟਾਈਮ ਤੇ ਪੈਂਦੀ, ਕਦੇ ਕੁਛ ਵੀ ਟਾਈਮ ਤੇ ਨਹੀਂ ਪੈਂਦਾ। ਮੈਂ ਸੱਚ ਮੈਂ ਨਾ ਸਨੈਪਚੈਟ ਵੀ ਮੈਂ ਵੀ ਯੂਜ਼ ਕਰਦੀ ਆ, ਹਨੀ ਵੀ ਯੂਜ਼ ਕਰਦੇ ਨੇ, ਸੋ ਅਸੀਂ ਉਹ ਵੀ ਇੰਸਟਾਗ੍ਰam ਤੇ ਸਟੋਰੀ ਪਾਵਾਂਗੇ, ਤੁਸੀਂ ਜਾ ਕੇ ਐਡ ਕਰ ਦਿਓ। ਤੇ ਬਾਕੀ ਲਿੰਕ 'ਚ ਵੀ ਅਸੀਂ ਪਾਵਾਂਗੇ, ਡਿਸਕ੍ਰਿਪਸ਼ਨ 'ਚ ਵੀ ਪਾਵਾਂਗੇ ਲਿੰਕ ਉਹਦਾ, ਠੀਕ ਆ, ਦੇਖਿਓ ਜ਼ਰੂਰ, ਠੀਕ ਆ। ਮਿਲਦੇ ਆ ਫਿਰ ਚੇਂਜ ਹੋ ਜੂ ਕਰਕੇ, ਮਿਲਦੇ ਆ ਫਿਰ ਬ੍ਰੇਕ ਦੇ ਬਾਅਦ। ਬਸ ਵਾਸੀ ਆਉਣ ਲੱਗਦੀਆਂ, ਦੇਖ ਲਓ ਪਹਿਲਾਂ ਵਾਸੀ ਇਹਨੇ ਲਈ ਆ, ਬਾਅਦ 'ਚ ਮੈਨੂੰ ਆਈ ਆ। ਹੁਣ ਟਾਈਮ ਹੋ ਗਿਆ ਰਾਤ ਦੇ 9:24, 6 ਮਿੰਟ ਮੂਰੇ ਚੱਲਦੀਆਂ, ਤੂੰ ਐਡਵਾਂਸ ਨਹੀਂ ਆਈ ਇਹਦੀ, ਤੁਸੀਂ 9:30 ਹੋ ਗਏ ਨੇ ਤੇ ਹੁਣ ਸਾਨੂੰ ਆ ਰਹੀ ਆ ਨੀਂਦ। ਪੇਟ ਪੂਜਾ ਜਲੇਬੀਆਂ ਲੈ ਕੇ ਆਏ ਸੀ ਪਰ ਵਧੀਆ ਨਹੀਂ ਸੀ। ਚਲ ਕੋਈ ਨਹੀਂ, ਕੱਲ ਫੇਰ ਲੈ ਆਵਾਂਗੇ, ਕੋਈ ਚੱਕਰ ਨਹੀਂ, ਆਓ ਕੱਲ ਫੇਰ ਲੈ ਆਵਾਂਗੇ ਕਹਿੰਦਾ। ਬਾਕੀ ਆ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਆ, ਤੁਸੀਂ ਨਾਲੇ ਕਮੈਂਟ ਵੀ ਕਈ ਆ ਰਹੇ ਸੀ ਵੀ ਇਹਨਾਂ ਨੂੰ ਕਹੋ ਵੀ ਜਿਮ ਮਤਲਬ ਫਿੱਟ ਹੋ ਜਾਣ ਹਨਾ, ਸੋ ਹੁਣ ਇੱਕ ਵਾਰ ਸਾਡਾ ਕੰਮ ਖਤਮ ਹੋ ਜਾਵੇ, ਬਿਕਾਜ਼ ਇਹ ਵੀ ਜ਼ਿਆਦਾ ਜ਼ਰੂਰੀ ਆ ਸਾਡੇ ਲਈ ਹੁਣ,
ਇਹ ਕੰਮ ਖਤਮ ਹੋ ਜਾਵੇ ਫਿਰ ਆਪਾਂ ਰੈਗੂਲਰ ਫੇਰ ਦੁਬਾਰਾ ਜਿਮ ਜਾਣਾ। ਬਾਕੀ ਹੋਰ ਗੱਲ ਦੱਸਾਂ ਯਾਰ, ਮੇਰਾ ਮੈਂ ਜਿੱਥੇ ਜਿੰਨਾ ਘਟਾਇਆ ਸੀ ਉਨਾ ਗਿਆ, ਕੋਈ ਵਧਿਆ ਨਹੀਂ ਹੈਗਾ, ਨਾ ਫੁੱਲਿਆ ਨਾ ਵਧਿਆ, ਉੱਥੇ ਗਿਆ ਠੀਕ ਆ। ਹਾਂ ਮੈਂ ਤਾਂ ਕੁਛ ਕਿਹਾ ਹੀ ਨਹੀਂ ਕਹਿ ਲਓ। ਅਤੇ ਬਾਕੀ ਠੰਡ ਬਹੁਤ ਜ਼ਿਆਦਾ ਆ ਯਾਰ ਅੱਜ, ਜਿੱਥੇ ਜਿੱਥੇ ਮੀਂਹ ਪਿਆ ਕਮੈਂਟ ਡਾਊਨ ਜ਼ਰੂਰ ਕਰਿਓ। ਪਰ ਏਸੀ ਆਪਾਂ ਫੇਰ ਨਹੀਂ ਛੱਡਣਾ ਹੈ ਨਾ। ਏਸੀ ਯਾਰ ਯੂ ਨੋ ਆਈ ਐਮ ਸੋ, ਦੇਖੋ ਕਮਰਾ ਸਾਂਝਾ ਹੁੰਦਾ ਪਰ ਮੇਰੀ ਇਸ ਕਮਰੇ 'ਚ ਜਮਾਂ ਨਹੀਂ ਚੱਲਦੀ। ਮੈਂ ਕਿਹਾ ਟੈਂਪਰੇਚਰ ਵਧਾ ਲਓ ਵਧਾ ਲਓ, ਪਹਿਲਾਂ ਘੰਟੇ ਬਾਅਦ ਤਾਂ ਵਧਾਇਓ 20 'ਤੇ ਕਰਤਾ, ਮੈਂ ਕਿਹਾ ਇਹਨੂੰ ਹੋਰ ਵਧਾਓ ਫਿਰ 22 'ਤੇ ਕਰਤਾ, ਫਿਰ ਮੈਂ ਕਿਹਾ 23 'ਤੇ ਕਰੋ ਠੀਕ ਆ ਵੀ ਕਮਰਾ ਸਾਂਝਾ ਮੇਰਾ ਵੀ ਚੱਲਣ ਦੇ। ਅਗਰ ਜੇ ਸਾਂਝਾ ਨਾ ਸੋਚ ਠੀਕ ਕਰਾ, ਕਿਉਂ ਮੈਂ ਕਿਉਂ ਕਰਾਵਾਂ ਫਿਰ, ਇਹ ਕੰਮ ਤੁਹਾਡੇ ਨੇ, ਸਫਾਈ ਸਫੂਈ ਦਾ ਕੰਮ ਮੇਰਾ ਨਾਮ ਤਾਂ ਯਾਦ ਨੀ ਹੈਗਾ ਤੇ ਕਮੈਂਟ ਸੀਗਾ ਕਿ ਤੁਹਾਡੇ ਦੋਨਾਂ ਦੀ ਕਾਸਟ ਸੇਮ ਆ। ਹਾਂਜੀ ਸਾਡੇ ਦੋਨਾਂ ਦੀ ਕਾਸਟ ਸੇਮ ਆ, ਤੇ ਅਸੀਂ ਇੱਕ ਵੀਡੀਓ ਵੀ ਬਣਾਈ ਸੀਗੀ, ਪਿੱਛੇ ਜਾ ਕੇ ਜ਼ਰੂਰ ਚੈੱਕ ਕਰਿਓ, ਅਤੇ ਪੂਰੀ ਡਿਟੇਲ ਦੱਸੀ ਹੋਈ ਆ ਅਸੀਂ ਕਿੱਦਾਂ ਮਿਲੇ ਸਾਰਾ ਕੁਛ A to Z, ਕਾਸਟ ਵੀ ਸਾਰਾ ਕੁਛ ਦੱਸਿਆ ਹੋਇਆ, ਪਲੀਜ਼ ਚੈੱਕ ਜ਼ਰੂਰ ਕਰਿਓ। ਅਤੇ ਦੂਜੀ ਗੱਲ ਹੋਰ ਕੀ ਸੀ, ਅਸੀਂ ਜੱਟ ਹੁੰਦੇ ਹਾਂ ਸਾਡੀ ਕਾਸਟ ਸੇਮ ਆ। ਅਤੇ ਹੋਰ ਵੀ ਕਮੈਂਟ ਆਏ ਹੋਏ ਸੀ, ਕੀ ਆਏ ਸੀ? ਹੋਰ ਤਾਂ ਕੁਛ ਨਹੀਂ ਆਏ, ਆਹੀ ਸੀ ਮੇਨ ਤਾਂ। ਅਤੇ ਰਿੰਗ ਬਾਰੇ ਆਏ ਹੋਏ ਸੀਗੇ, ਰਿੰਗ ਕਿੰਨੇ ਦੀ ਸੀ ਉਹ ਮੈਂ ਦੱਸਦੀ ਨਹੀਂ ਕਿਸੇ ਨੂੰ, ਇਹਨੇ ਮੈਨੂੰ ਵੀ ਨਹੀਂ ਦੱਸਿਆ ਹੈਗਾ ਕਿੰਨੇ ਦੀ ਸੀ ਠੀਕ ਆ, ਕਿਉਂਕਿ ਯਾਰ ਗਿਫਟ ਆ, ਗਿਫਟ ਦਾ ਮੁੱਲ ਥੋੜ੍ਹੀ ਹੁੰਦਾ। ਮੈਂ ਨਹੀਂ ਨਹੀਂ ਬਤਾਉਣਾ, ਅਤੇ ਮੇਰੀ ਰਿੰਗ ਵੀ ਸਾਰਿਆਂ ਨੇ ਪਸੰਦ ਕੀਤੀ, ਥੈਂਕ ਯੂ। ਵੈਸੇ ਬਹੁਤ ਸੋਹਣੇ ਸੀ ਯਾਰ ਗਿਫਟ ਸੱਚੀ, ਉਹਦੇ ਪਰ ਵਲੌਗ ਹੋ ਗਿਆ ਸੀ, ਉਹ ਵਲੌਗ ਤੋਂ ਹੋ ਗਿਆ ਥਾ। ਹਾਂਜੀ ਸੋ ਇਹ ਦੋ ਚਾਰ ਗੱਲਾਂ ਸੀਗੀਆਂ ਜਿਹੜੀ ਕਰਨੀਆਂ ਸੀ। ਇੱਧਰ ਤਾਂ ਨੀਂਦ ਆ ਗਈ, ਜਮਾ ਨਹੀਂ ਹੈਗੀ ਵੀ ਵੀਡੀਓ ਬਣਾ ਲਈ ਅਸੀਂ। ਚਲੋ ਕੋਈ ਗੱਲ ਨਹੀਂ, ਮੈਂ ਤਾਂ ਹੈਗੀ ਆ ਨਾ, ਕੋਈ ਗੱਲ ਨਹੀਂ, ਸੌ ਜਾ ਤੂੰ ਸੌ ਜਾ। ਮੈਂ ਤਾਂ ਸੌ ਹੀ ਜਾਣਾ, ਆ ਲੜ ਕੇ ਹਟਿਆ ਇਨਸਾਨ ਮੇਰੇ ਨਾਲ, ਮੈਂ ਕਿੱਥੇ ਲੜਦਾ। ਕਮੈਂਟਾਂ ਦੇ ਸਾਰੇ ਕਹਿੰਦੇ ਨਾ ਬਹੁਤ ਸਾਊਆ ਬਹੁਤ ਸਾਊਆ ਹੈ ਨਾ। ਠੰਡੇ ਠੰਡੇ ਮੌਸਮ ਵਾਲੀ ਗੁੱਡ ਮਾਰਨਿੰਗ ਸਾਰਿਆਂ ਨੂੰ, ਗੁੱਡ ਮਾਰਨਿੰਗ ਆ। ਹਾਂਜੀ ਗੁੱਡ ਮਾਰਨਿੰਗ ਆ, ਗੁੱਡ ਮਾਰਨਿੰਗ ਆ। ਮੈਂ ਉੱਧਰ ਕੈਮਰਾ ਨਹੀਂ ਘੁਮਾ ਸਕਦੀ ਅਜੇ, ਤੁਹਾਨੂੰ ਦੱਸ ਦਿਆਂ ਸਵੇਰੇ ਸਵੇਰੇ ਉੱਠ ਕੇ ਸਾਡੇ ਨਾਲ ਕੀ ਹੋਇਆ, ਕੀ ਹੋਇਆ? ਬਾਹਰ ਤਾਂ ਮੀਂਹ ਆ ਹੀ ਰਿਹਾ, ਅੰਦਰ ਵੀ ਮੀਂਹ ਆ ਗਿਆ। ਹਾਂਜੀ ਹਾਂਜੀ, ਕੀ ਕਰਦੇ ਹੋ? ਸਫਾਈ। ਕਾਹਦੀ ਸਫਾਈ? ਕਮਰੇ ਦੀ। ਕਿਉਂ? ਅੱਜ ਬਹੁਤ ਬੜਾ ਹਾਦਸਾ ਹੋ ਗਿਆ। ਕੀ ਹੋ ਗਿਆ ਸੀ? ਅੱਜ ਸਾਡੇ ਕਮਰੇ 'ਚ ਪਾਣੀ ਆ ਗਿਆ ਸੀ, ਸਮੁੰਦਰ ਲਹਿਰਾਂ ਸਮੁੰਦਰੇ ਬਣ ਗਿਆ। ਨਹੀਂ ਨਵੀਂ ਨਹੀਂ ਆਇਆ ਸੀ। ਹੋਰ ਫਿਰ ਕਿੰਨਾ ਆਇਆ ਸੀ? ਬਾਹਰ ਬਹੁਤ ਤੇਜ਼ ਮੀਂਹ ਸੀਗਾ ਸਵੇਰੇ, ਹੈ ਨਾ, ਸਵੇਰੇ ਆਪਾਂ ਲੇਟ ਉੱਠਿਆ ਥੋੜ੍ਹੀ ਜਿਹੀ, ਸਾਡੇ 7:30 ਅੱਖ ਖੁੱਲੀ, ਹੈ ਨਾ, ਹਨੀ ਫਰੈਸ਼ ਹੋਣ ਗਏ ਬਾਹਰ, ਉਹ ਜਦੇ ਉੱਪਰੋਂ ਪਾਣੀ ਸ਼ੁਰੂ ਹੋ ਗਿਆ। ਕਿੱਥੋਂ ਪਾਣੀ ਸ਼ੁਰੂ ਹੋ ਗਿਆ? ਇਹ ਆਹ ਲਾਈਟ ਦੀ ਨਹੀਂ ਹੈ ਨਾ, ਆਹ ਲਾਈਟ ਵਿੱਚੋਂ ਦੀ ਪਾਣੀ ਆਉਣ ਲੱਗ ਗਿਆ। ਕਿਉਂ ਆਉਣ ਲੱਗਿਆ, ਰੀਜ਼ਨ? ਉਹ ਤੁਹਾਨੂੰ ਪਤਾ। ਉਹ ਯਾਰ ਦੱਸਾਂ ਕਿਉਂ ਆਉਣ ਲੱਗਿਆ ਸੀ, ਆਉਣ ਲੱਗਿਆ ਸੀ ਕਿਉਂਕਿ ਉੱਧਰਲੀ ਕੰਧ ਅਸੀਂ ਥੋੜ੍ਹੀ ਜਿਹੀ ਉੱਪਰੋਂ ਧੇੜੀ ਆ, ਕਿਉਂਕਿ ਲੈਂਟਰ ਧਰਨਾ ਸੀ ਉੱਪਰ, ਹੈ ਨਾ, ਤਾਂ ਕਰਕੇ। ਸੋ ਉਹ ਬੇਲਣਾ ਰਾਹੀਂ ਪਤਾ ਨਹੀਂ ਕਿੱਥੋਂ ਸੀ, ਹੈ ਨਾ, ਉੱਪਰ ਪੀ ਵੀ ਸੀ ਉੱਪਰੋਂ ਭਰ ਗਈ ਸੀ ਉਹ। ਹੋਰ ਮੈਂ ਤਾਂ ਇੱਥੋਂ ਬਸ ਉੱਠ ਕੇ, ਮੈਂ ਕਹਿੰਦਾ ਗੇਟਾਂ ਬਾਹਰ ਹੀ ਗਿਆ ਸੀ, ਹੈ ਨਾ, ਜਦੋਂ ਇੱਕੋ ਲਾ ਤਾਂ ਇੱਥੇ ਪਾਣੀ ਪਾਣੀ, ਅਤੇ ਫਿਰ ਚਾਦਰ ਗਿੱਲੀ। ਸੋਚੋ ਹੈ ਨਹੀਂ, ਜੇ ਤੁਸੀਂ ਐਵੇਂ ਕਰਕੇ ਪਏ ਹੁੰਦੇ ਉੱਪਰੋਂ ਪਾਣੀ ਸਿੱਧਾ ਤੁਹਾਡੇ ਮੂੰਹ 'ਚ, ਜਾਂ ਤੁਸੀਂ ਕੋਈ ਸੋਹਣਾ ਜਿਹਾ ਸੁਪਨਾ ਲੈ ਰਹੇ ਹੁੰਦੇ, ਆਓ ਕਿਸੇ ਨੇ ਬਾਲਟੀ ਭਰ ਕੇ ਪਾਣੀ ਦੀ ਮਾਰੀ ਹੋਵੇ ਸੁਪਨੇ 'ਚ, ਪਾਣੀ ਫਿਰ ਗਿਆ। ਹੋਰ ਕੀ, ਅਤੇ ਕੀ ਕਰਨ ਲੱਗੀਆਂ ਤੂੰ? ਕੰਮ ਕਰਦੀਆਂ ਤੂੰ? ਪੱਕੀ ਗੱਲ ਆ? ਅਰੇ ਆਹ ਸਾਰਾ ਸਾਫ਼ ਕੀਤਾ, ਉਹ ਸ਼ੀਸ਼ਾ ਸਾਫ਼ ਕੀਤਾ, ਅੱਜ ਬੈੱਡ 'ਤੇ ਖਲਾਰਾ ਹੈਗਾ। ਅੱਜ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਂਦੀ ਹਾਂ, ਆਹ ਜਿਹੜੀ ਚੀਜ਼ ਹੈ ਨਾ, ਇਹਦੇ 'ਚ ਸੀਗਾ ਆਹ ਕਾਰਡ, ਇਹ ਮੈਂ ਕਦੋਂ ਦਿੱਤਾ ਸੀ? ਮੰਗਣੇ ਤੋਂ ਬਾਅਦ ਮੇਰੇ ਬੈੱਡ 'ਤੇ, ਆ ਮੰਗਣੇ ਤੋਂ ਪਹਿਲਾਂ, ਸੋਰੀ।
की लिखे आदा मतलब पढ़ के सुनाई तुम दिता सी तुसी पढ़ो पढ़ लो जी ठीक है सारे जाने नहीं पढ़ के सुना दो फोन अच्छा नहीं पढ़ के सुना देख लो दिखाता मैं चंगी तरह पढ़ लेंगे तुसी पढ़ के सुनाओ नहीं पढ़ के सुनाता आई यू एस सी डी यूज्ड टी यू टू टी ओ टू अगे आई जवाक होया आई पढ़दे हुंदे सी ना स्कान लंबा चले जाना किवें दा सारे सुना पहला गिफ्ट दिता ही लवप्रीत ने मेनू दिते दा काफी सी मेनू की दिता सी तेरा बर्थडे नहीं आया बाद च था या बाद च दसो मेनू बर्थडे आ दे रिंग दिती दिता सी क्यों रिंग नहीं दिती तेनू आ दिता सी की दिता सी तेनू मंगे एडे एडे की टैडी तैयार हो जाइए फिर मिलते हैं पर रोटी बनानी है हमें मिलते हैं मिलते हैं स्विच ये कदम ठीक हो ही नहीं सकता नहीं हूँ ठीक करावे जो इतनी गेट निकलेगा फिर ठीक करावे अज ना मैं थोड़ा एक सिचुएशन दवा यार कुछ होर स्पैशल है नहीं ब्लॉग च सो सिचुएशन एक सिचुएशन मैं हनी नू दनी आ भी जे थोनू एब्रॉड जाने का सुनहरा मौका मिले भाभी तारी बैठी स्पीकर ऑफ रखी हमेशा ये गल होंगी यार मैं कोले ही हूं पर जिदन मैं वीरे नूं मिलनी ना मैनूं सारे राज पता करने ने भी की गल्लां करदे ने लुधियाने घूमदे हुंदे सी हना मैनूं इक गल इक बहुत जरूरी ओ मैं उरे नहीं बोल सकदी ओ मैं जरूर पुछनी आ वीरे नूं वीरे कमेंट करके दस दे तुसीं कदों आ रहे हो छेती छेती नहीं कहिंदा सी कहिंदा जल्दी आऊंगा इस बार तां वैसे होप करदा यार लक्की मिली है ना हां फिर तां कल्ले वी चले जाओगे तुसीं बाकी यार उत्थे आया जिथे कनेडा च 5 साल आले इंग्लैंड च 2 साल आले बराबर है फिर करावा टिकट हुणे करावो इंग्लैंड जां भी टिकट करा दो पता लगूगा नेक्स्ट व्लॉग च ते फिर मिलते हैं थोनू अगले व्लॉग च चैनल नू कर लो सब्सक्राइब लाइक शेयर कमेंट करना ना भूलना बाकी शेयर यार हर एक कर दिया करो आपके व्हाट्सएप से आपके इंस्टाग्राम से आपके फेसबुक से जिथे भी शेयर कर सकते हो कर दिया करो ताजो वो तो वो लोग सानू देखन मिलते हैं फिर अगली वीडियो च मिलते हैं फिर नेक्स्ट वीडियो में।